ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਚੰਡੀਗੜ੍ਹ ਵੱਲੋਂ ਸਟਾਫ ਨਰਸ ਦੀ ਭਰਤੀ ਸੰਬੰਧੀ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਚੰਡੀਗੜ੍ਹ ਵੱਲੋਂ ਸਟਾਫ ਨਰਸ ਨਰਸਿੰਗ ਆਫੀਸਰ ਦੀਆਂ ਕਾਲ 162 ਪੋਸਟਾਂ ਲਈ 27 ਦਸੰਬਰ 2021 ਤੱਕ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਸੀ ਸੋ ਹਰ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਚੰਡੀਗੜ੍ਹ ਨੇ ਇਹਨਾਂ ਪੋਸਟਾਂ ਵਿੱਚ ਵਾਧਾ ਕਰਦੇ ਹੋਏ ਅਤੇ ਫਾਰਮ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ ਕਰਦੇ ਹੋਏ 162 ਪੋਸਟਾਂ ਤੋਂ 182 ਪੋਸਟਾਂ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਜਨਰਲ ਕੈਟਾਗਰੀ ਦੀਆਂ 75 ਪੋਸਟਾਂ ਐਸਸੀ ਦੀਆਂ 21 ਓਬੀਸੀ ਦੀਆਂ 35 ਈਡਬਲਯੂਐਸ ਦੀਆਂ 18 ਫਿਜ਼ੀਕਲ ਹੈਂਡੀਕੈਪਟਡ ਦੀਆਂ 2 ਐਕ ਸਰਵਿਸਮੈਨ ਜਰਨਲ ਦੀਆਂ 10 ਐਕ ਸਰਵਿਸਮੈਨ ਐਸਸੀ 5 ਅਤੇ ਐਕ ਸਰਵਿਸਮੈਨ ओबीसी ਦੀਆਂ 16 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹਨ ਸੋ ਇਹਨਾਂ ਪੋਸਟਾਂ ਲਈ ਕੈਂਡੀਡੇਟ ਹੁਣ 27 ਦਸੰਬਰ 2021 ਦੀ ਜਗ੍ਹਾ 15 ਫਰਵਰੀ 2022 ਤੱਕ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੋ ਦੋਸਤੋ ਜੇਕਰ ਇਹਨਾਂ ਪੋਸਟਾਂ ਦੀ ਕੁਆਲਿਫੀਕੇਸ਼ਨ ਡਿਟੇਲ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੋਸਟਾਂ ਲਈ ਜੀਐਨਐਮ ਪਾਸ ਜਾਂ ਬੀਐਸਸੀ ਨਰਸਿੰਗ ਦੇ ਨਾਲ ਕੰਪਿਊਟਰ ਸਰਟੀਫਿਕੇਟ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਸੋ ਜਿਹੜੇ ਕੈਂਡੀਡੇਟ 18 ਤੋਂ 37 ਸਾਲ ਦੀ ਏਜ ਰੱਖਦੇ ਹਨ ਉਹ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੋ ਦੋਸਤੋ ਜੇਕਰ ਐਪਲੀਕੇਸ਼ਨ ਫੀਸ ਦੀ ਗੱਲ ਕੀਤੀ ਜਾਵੇ ਤਾਂ ਐਸੀ ਕੈਟਾਗਰੀ ਲਈ 500 ਰੁਪਏ ਜਰਨਲ bc ਅਤੇ tws ਕੈਂਡੀਡੇਟ ਲਈ 1000 ਰੁਪਏ ਫੀਸ ਰਹੇਗੀ ਜਦਕਿ ਐਕ ਸਰਵਿਸਮੈਨ ਅਤੇ ਫਿਜ਼ੀਕਲ ਹੈਂਡੀਕੈਪਟਲ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਸੋ ਦੋਸਤੋ ਜੇਕਰ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਪੋਸਟਾਂ ਲਈ ਲਿਖਤੀ ਪੇਪਰ ਲਿਆ ਜਾਵੇਗਾ ਜਿਸ ਅਧੀਨ ਸਬਜੈਕਟ ਨੌਲੇਜ ਦੇ 70 ਮਾਰਕਸ ਹੋਣਗੇ ਪ੍ਰੈਕਟੀਕਲ ਅਸਾਈਨਮੈਂਟ ਦੇ 30 ਟੋਟਲ ਐਗਜ਼ਾਮ 100 ਮਾਰਕਸ ਦਾ ਰਹੇਗਾ ਸੋ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਨੂੰ ਰਿਟਰਨ ਐਗਜ਼ਾਮ ਵਿੱਚੋਂ ਕੈਟਾਗਰੀ ਵਾਈਜ਼ ਜਿਵੇਂ ਕਿ ਜਰਨਲ ਕੈਟਾਗਰੀ ਲਈ 50% ਮਾਰਕਸ ਫਿਜ਼ੀਕਲ ਹੈਂਡੀਕੈਪਡ ਕੈਟਾਗਰੀ ਲਈ 45 ਅਤੇ ਐਸਸੀ ਕੈਂਡੀਡੇਟ ਵੈਦ ਐਕਸਆਰ ਬਸਮੈਨ ਕੈਂਡੀਡੇਟ ਲਈ 40% ਨੰਬਰ ਲੈਣੇ ਹੋਣਗੇ ਸੋ ਦੋਸਤੋ ਇਸ ਦੇ ਨਾਲ ਹੀ ਰਿਟਰਨ एग्जाम ਦੀ 0.25 ਦੇ ਅਕੋਰਡਿੰਗ 네ਗੇਟਿਵ ਮਾਰਕਿੰਗ ਰਹੇਗੀ ਸੋ ਦੋਸਤੋ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਚੰਡੀਗੜ੍ਹ ਵੱਲੋਂ ਸਟਾਫ ਨਰਸ ਦੀਆਂ ਇਹ ਪੋਸਟਾਂ ਟੈਂਪਰੇਰੀ ਬੇਸ ਤੇ ਭਰੀਆਂ ਜਾਣਗੀਆਂ ਤੇ ਇਹਨਾਂ ਪੋਸਟਾਂ ਨੂੰ ਕੰਟੀਨਿਊ ਕੀਤਾ ਜਾ ਸਕਦਾ ਹੈ ਸੋ ਦੋਸਤੋ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕੈਂਡੀਡੇਟ 15 ਫਰਵਰੀ 2022 ਤੱਕ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਤੇ ਇਹਨਾਂ ਪੋਸਟਾਂ ਅਧੀਨ ਫੀਸ ਭਰਨ ਦੀ ਲਾਸਟ ਡੇਟ 18 ਫਰਵਰੀ 2022 ਰਹੇਗੀ ਸੋ ਦੋਸਤੋ ਵੀਡੀਓ ਉਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜਰੂਰ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ